ਸੰਜੇ ਸतीश ਰਿਆ ਗਾਲ ਦਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਜੀ ਆਇਆਂ ਪਟਿਆਲਾ ਦਾ ਨਵਾਂ ਬੱਸ ਅੱਡਾ ਸਟੈਂਡ ਸਮਾਣਾ ਪਾਦਰਾ ਦੇ ਸੰਗਰੂਰ ਤੋਂ ਆਉਣ ਵਾਲਿਆਂ ਲਈ ਬਣਿਆ ਮੁਸੀਬਤ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਦ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਟਿਆਲਾ ਦਾ ਨਵਾਂ ਬਣਿਆ ਬੱਸ ਸਟੈਂਡ ਬੇਸ਼ੱਕ ਆਧੁਨਿਕ ਸੁਲਤਾਨਾ ਲੈਸ ਹੈ ਪਰ ਸਮਾਣਾ ਪਾਤੜਾ ਅਤੇ ਸੁngਰੂਰ ਵੱਲੋਂ ਆਉਣ ਵਾਲੇ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਦੇ ਯਾਤਰੀ ਲਈ ਮੁਸੀਬਤ ਬਣ ਗਿਆ ਹੈ ਕਿਉਂਕਿ ਪੰਜਾਬ ਸਿੱਧੀ ਤੋਂ ਵੱਦ ਮੁਲਾਜ਼ਮ ਵਿਦਿਆਰਥੀ ਸਾਬਕਾ ਫੌਜੀ ਅਤੇ ਰਜਿੰਦਰਾ ਹਸਪਤਲ ਦੇ ਵਿੱਚ ਇਲਾਜ ਕਰਾਉਣ ਆਉਂਦੇ ਲੋਕ ਸਮਾਣਾ ਚੁੰਗੀ ਤੇ ਹੀ ਉਤਰਦੇ ਸਨ ਪਰ ਪਟਿਆਲਾ ਦੇ ਨਵੇਂ ਬੱਸ ਸਟੈਂਡ ਅੱਡੇ ਦੇ ਉਦਘਾਟਨ ਤੋਂ ਬਾਅਦ ਸਮਾਣਾ ਪਾਤਰਾ ਤੇ ਸੰਗਰੂਰ ਵੱਲੋਂ ਆ ਰਹੀਆਂ ਬੱਸਾਂ ਦਾ ਰੂਟ ਪਿੰਡ ਪਸਿਆਣਾ ਤੋਂ ਹੀ ਬਾਈਪਾਸ ਰਾਹੀਂ ਨਵੇਂ ਬੱਸ ਅੱਡੇ ਲਈ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਉਹਨਾਂ ਯਾਤਰੀਆਂ ਨੂੰ ਹੋ ਰਿਹਾ ਹੈ ਜਿਨ੍ਹਾਂ ਨੇ ਰਜਿੰਦਰਾ ਹਸਪਤਲ ਮੈਨਿਸ ਤਖਤਰਿਤ ਖਾਲਸਾ ਕਾਲਜ ਮਹਿੰਦਰ ਕਾਲਜ ਊਮੇਨ ਕਾਲਜ ਇਤਿਹਾਸਿਕ ਗੁਰਦੁਆਰਾ ਦੁੱਖ ਨਿਵਾਰਨ ਸਾਈ ਮੈਡੀਕਲ ਕਾਲਜ ਨਗਰ ਨਿਗਮ ਤੇ ਸ਼ਹਿਰ ਦੇ ਵਿੱਚ ਵਿਚਾਲੇ ਬਾਜ਼ਾਰਾਂ ਦੇ ਕੰਮਾਂ ਲਈ ਸਮਾਣਾ ਜੂੰਗੀ ਦੇ ਇਸ ਦੇ ਨੇੜੇ țeড়ে ਦੇ ਬਾਣੇ ਬਾਸ ਸਟੈਂਡ ਤੇ ਉਤਰਨਾ ਹੁੰਦਾ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ